ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਦੋ ਝੋਟੀਆਂ ਬਈ ਤਾਜ਼ੀਆਂ ਸੂਣ ਵਾਲੀਆਂ ਤੇ ਦੋ ਬੱਚੀਆਂ ਨੇ ਬਾਪੂ ਕੋਲੇ ਜਰਸੀ। ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਪਿੰਡ ਜਿਉਂਦ, ਜ਼ਿਲ੍ਹਾ ਬਠਿੰਡਾ, ਤਹਿਸੀਲ ਫੂਲ ਬਾਈ, ਨੇੜੇ ਪਿੰਡ ਜੇਠੂ ਕੇ, ਸਾਬਾ ਮੰਡੀ ਨੇੜੇ ਰਹਿ ਜਾਂਦੇ ਆ। ਪੁੱਛ ਲੈਂਦੇ ਆ ਬਾਪੂ ਤੁਹਾਡੇ। ਬਾਪੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਮੋਬਾਈਲ ਨੰਬਰ ਬੋਲ ਦਿਓ। ਨਾਮ ਹਰਬੰਸ ਸਿੰਘ ਹੈ ਜੀ। ਮੋਬਾਈਲ ਨੰਬਰ? ਮੋਬਾਈਲ ਨੰਬਰ 9665 029 25। ਠੀਕ ਆ ਬਾਪੂ। ਬਾਪੂ ਜਿਹੜੀ ਪਹਿਲੇ ਨੰਬਰ ਦੇ ਝੋਟੀ ਦੇ ਨਾ, ਕਿਹੜਾ ਸੂਆ ਸੁਣਦੀ ਹੈ? ਇਹ ਭਲੂਣ ਹੈ ਜੀ, ਭਲੂਣ ਦੋ ਸੁਣਦੀ, ਦੰਦ ਹੈ ਮੂੰਹੋਂ। ਮੂੰਹੋਂ ਦੋ ਦੰਦ? ਹਾਂਜੀ। ਕਿੰਨੇ ਦਿਨ ਲੈਂਦੀ ਹੈ? ਇਹ ਦਿਨ ਬਾਕੀ 10 ਰਹਿੰਦੇ ਆ ਜੀ। 10 ਦਿਨਾਂ ਦੀ ਕੱਚੀ ਆ। ਹਾਂਜੀ। ਕਿੰਨਾ ਦੁੱਧ ਦੇ ਦੂ? ਐਸਟੀਮੇਟ ਆ ਦੁੱਧ ਜੀ 11-12 ਖੁੱਲਾ ਦੇ ਦੂਗੀ। ਅੱਛਾ। ਆਰਡਰ ਬੜਾ ਕਮਾਲ ਦਾ, ਥਾਣ ਬਹੁਤ ਚੰਗਾ। ਜਿਵੇਂ ਭਲੂਣ ਸੁਣਦੀ ਹੈ ਨਾ, ਥਾਣ ਦੇਖੋ ਬਾਈ, ਮੁੱਠੀ ਵਾਲਾ ਥਾਣ ਹੈ, ਕੱਲਾ ਕੱਲਾ ਥਾਣ, ਕੱਦ ਫੁੱਲ ਵਾਲਾ, ਕੱਦ ਚੰਗਾ, ਚੰਗੀ ਆ, ਠੰਡੀ ਆ ਨਾ, ਚੀਲ ਠੰਡੀ ਜਦੋਂ ਵਾਲੀ ਆ। ਹੱਥ ਲਾਉਂਦੇ ਨਾ ਪੂ ਚੱਕ ਕੇ ਖੜ ਜਾਂਦੀ ਹੈ ਕਰਮ ਵਾਲੀ। ਫੇਸ ਦੇਖੋ ਬਾਈ, ਪਤਲਾ ਸਿੰਗ ਆ ਹਨਾ, ਨੇੜੇ ਮੋੜਿਆ ਵਾ ਸਿੰਗ। ਖੋਲਿਓ ਬਾਪੂ, ਤੋਰ ਕੇ ਦਿਖਾਇਓ। ਲਓ ਜੀ। ਹਾਂ, ਕੱਦ ਵੱਡ ਚੰਗਾ, ਚੰਗੀ ਆ, ਸਵੀਂ ਭਲੀ ਆ, ਰਾਜੀ ਆ, ਕੱਚੀ ਜ਼ਰੂਰ ਆ ਬਾਈ, 10 ਦਿਨਾਂ ਹਾਂ ਦੀ। 10 ਦਿਨ ਦੀ ਕੱਚੀ ਹੈ, ਲਾਡਰ ਬਣੂ ਬਥੇਰੀ ਬਣੂ ਬਥੇਰੀ, ਉਸ ਹਿਸਾਬ ਨਾਲ ਦਾ ਜਾਬ ਦਾ ਐਸਟੀਮੇਟ ਲਾ ਲਿਓ ਬਾਈ। 10 ਦਿਨਾਂ ਨੂੰ ਲੇਵਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ। ਆਜਾ ਪੁੱਤ। ਤੇ ਕੀ ਮੁੱਲ ਆ ਬਾਪੂ ਜਾਇਜ਼ ਜ਼ਰ? ਜਾਇਜ਼ ਮੁੱਲ ਜੀ, ਆਪਾਂ ਮੁੱਲ ਜਾਇਜ਼ ਹੀ ਕਰਦੇ ਹੁੰਦੇ ਆ, ਨਜਾਇਜ਼ ਕਰਦੇ ਨਹੀਂ। ਠੀਕ ਆ। ਮੁੱਲ 90,000 ਰੁਪਇਆ ਜੀ। ਮਾਨਤਾਨ ਹੋ ਜਾ? ਮਾਨਤਾਨ ਕਰ ਦਿਆਂਗੇ। ਠੀਕ ਆ, 90,000 ਰੁਪਇਆ ਮੁੱਲ ਆ ਵੀਰੇ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ। ਤੋਰਾ ਤਾਰਾ ਚੰਗਾ, ਕੱਚੀ ਕੱਚੀ ਆ, ਮੁੱਲ ਜਾਇਜ਼ ਆ। ਅੱਗੇ ਵੀ ਮੁੱਲ ਜਾਇਜ਼ ਹੀ ਹੁੰਦੇ ਆ, ਮੁੱਲ ਜਮਾ ਜਾਇਜ਼। ਫੇਸ ਬਹੁਤ ਚੰਗਾ ਸਿੰਗ, ਕੁਆਲਿਟੀ ਵੀ ਚੰਗੀ ਆ, ਕੱਦ ਵਿੱਢ ਵੀ ਚੰਗਾ, ਤੋਰਾ ਤਾਰਾ ਕਰਮਾ ਜਿਹਾ ਚੰਗਾ ਗਾ ਬਾਈ। ਵੱਡੀ ਗੱਲ, ਠੰਡੀ ਸੀਲ ਬਹੁਤ ਆ, ਸੀਲ ਠੰਡੀ ਤਾਂ ਬਾਲੀ ਆ ਜੀ। ਸੁਭਾਅ ਬੜਾ ਚੰਗਾ ਕਰਮ ਵਾਲੀ ਦਾ, ਠੰਡਾ ਸੁਭਾਅ ਬਾਈ, ਤੋਰਾ ਤਾਰਾ ਦੇ, ਠੰਡੀ ਮਿੱਠੀ ਆ ਪੂਰੀ। ਲੈ ਬਾਈ, ਲੇਵਾ ਨੇੜ ਤੋਂ ਚੈੱਕ ਕਰੋ, ਮੂਹਰੋਂ ਵੀ ਲੇਵਾ ਚੈੱਕ ਕਰਵਾਉਣਾ। ਲੈ, ਕੱਲਾ ਕੱਲਾ ਥਾਣ, ਮੁੱਠੀ ਵਾਲਾ ਥਾਣ। ਅੱਗੇ ਬਾਪੂ 2 ਨੰਬਰ ਤੇ ਕਿਹੜਾ ਸੂਆ? ਇਹ ਦੂਜਾ ਸੂਆ ਸੁਣਦੀ ਆ ਜੀ ਡਾਕਟਰ ਸਾਹਿਬ। ਕਿੰਨੇ ਦਿਨ ਲੈਂਦੀ ਹੈ? ਇਹਦੇ 8 ਦਿਨ ਬਾਕੀ ਹੈ ਜੀ। 8 ਦਿਨਾਂ ਦੀ ਕੱਚੀ ਆ। ਹਾਂਜੀ। ਕੀ ਰਿਕਾਰਡ ਆ ਦੁੱਧ ਦਾ? ਦੁੱਧ ਜੀ ਭਲੂਣ ਨੇ 15 ਕਿਲੋ ਕੱਢਿਆ ਵਾ। ਠੀਕ ਆ, ਫੇਸ ਬੜਾ ਚੰਗਾ। ਹਾਂ, ਬੜੀ ਚੰਗੀ ਆ ਜੀ। ਫੇਸ ਦੇਖੋ, ਸਿੰਗ ਦੇਖੋ, ਦੋਨੇ ਇੱਕੋ ਜਿਹੇ ਆ ਬਈ, ਚੰਗੀ ਆ, ਰਾਜੀ ਆ, ਸਮੀ ਪਲੀ ਆ। ਡਾਕਟਰ ਸੀ ਲੈ ਵੀ ਬਹੁਤ ਬੜੀ ਸਾਊ ਮੈਂ ਆ, ਜਿਵੇਂ ਮਰਜ਼ੀ ਹੱਥੋਂ ਤੇ ਫਿਰੀ ਜਾਏ। ਲੈ ਬਾਈ, ਥਣ ਦੇਖੋ, ਕੱਲਾ ਕੱਲਾ ਥਣ, ਮੁੱਠੀ ਵਾਲਾ ਥਣ, ਜਿਵੇਂ ਮਰਜ਼ੀ ਹੱਥ ਲਈ ਚੱਲ, ਕਹਿੰਦੀ ਕੁਛ ਨੀ। ਨਾਲੇ ਬਾਪੂ ਦੇਖ ਲਾ, ਬਜ਼ੁਰਗ ਆ, ਮੋਏ ਨਾ ਖੋਲੀ ਫਿਰਦਾ, ਉਹ ਵੀ ਮੋਏ ਨਾ ਤੁਰੀ ਹੈ ਵੀ, ਦੇਖਾਂ ਇੱਥੋਂ। ਤੋਰਾ ਤਾਰਾ ਚੰਗਾ ਗਾ, ਚੰਗੀ ਆ, ਸਮੀ ਪਲੀ ਆ, ਰਾਜੀ ਆ, ਦੂਜਾ ਸੁਆ ਹੁੰਦੀ ਆ, ਕੱਚੀ ਜ਼ਰੂਰ 8 ਕੁ ਦਿਨਾਂ ਦੀ, ਉਹਦੇ ਨੂੰ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ। ਮੂਹਰੋਂ ਵੀ ਲੇਵਾ ਲੂਆ ਦਿਖਾਉਣਾ, ਨਾੜਾ ਨੂੜਾ ਲੇਵਾ ਕੇ ਫੁੱਲ ਚੰਗੇ। ਕਿਆ ਬਾਤ ਆ, ਬਸ ਬਾਕੀ ਦੁੱਧ ਦਾ ਰਿਕਾਰਡ ਬਹੁਤ ਚੰਗਾ ਗਾ। 15 ਕਿਲੋ ਖੁੱਲਾ ਡਾਕਟਰ ਚ ਹੋਇਆ ਵੈ। ਠੀਕ ਆ ਜੀ, ਆਪਣੇ ਕਮਾਂਡੋ ਹੀ ਲਈ ਆ। ਇਹਦਾ ਮੁੱਲ ਕੀ ਆ ਬਾਪੂ? ਇਹਦਾ ਮੁੱਲ 1,25 ਹੈ ਜੀ। 1,25? 1,25,000 ਰੁਪਇਆ ਮੁੱਲ ਆ ਬਾਈ। ਮਾਨਤਾਨ ਹੋ ਜਾ? ਮਾਨਤਾਨ ਕਰ ਦਿਆਂਗੇ ਜੀ। ਠੀਕ ਆ, 1,25,000 ਰੁਪਇਆ ਮੁੱਲ ਆ ਵੀਰੇ, ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ। ਮੋੜ ਲਿਆ ਬਾਪੂ, ਆ ਜਾ ਬਾਪੂ। ਚੰਗੀ ਆ, ਬਿਊਟੀ ਪੱਖ ਚੰਗਾ, ਮਿਲਕ ਪੱਖ ਚੰਗਾ, ਤੋਰਾ ਤਾਰਾ ਚੰਗਾ, ਪਿੱਠ ਬੜਾ ਚੰਗਾ, ਥਾਣ ਲੇਵਾ ਵੀ ਚੰਗਾ। ਜਾਓ ਤੁਸੀਂ, ਆ ਗਿਆ ਬਸ 20 ਮਿੰਟ। ਮੁੱਲ 1,25,000 ਰੁਪਇਆ ਮਾਨਦਾਨ, ਜ਼ਰੂਰ ਮਾਨਦਾਨ ਹੋ ਜਾਊਗਾ ਜੀ। 1,25 ਤੋਂ
ਅੱਗੇ ਬਾਪੂ ਬੱਚੀ ਕਿੰਨੀ ਕੁ ਉਮਰ ਆ ਦੋਨਾਂ ਦੀ ਇਹਨਾਂ ਦੀ? ਇਹਨਾਂ ਦੀ ਜੀ ਸਾਰੀ 10-10 ਮਹੀਨਿਆਂ ਦੀ ਉਮਰ ਹੈ। 10-10 ਮਹੀਨਿਆਂ ਦੀ ਉਮਰ। ਹਾਂਜੀ। ਕਿਹੜੇ ਟੀਕੇ ਦੀਆਂ ਪਤਾ ਕੁਛ? ਟੀਕੇ ਦਾ ਨੀ ਜੀ ਪਤਾ ਕਿਹੜੇ ਦੀਆਂ। ਮਾਂ ਦਾ ਦੁੱਧ ਕਿੰਨਾ ਕਿੰਨਾ? ਮਾਂ ਦਾ ਦੁੱਧ ਤਾਂ ਜੀ 20-20 ਲੀਟਰ ਦੁੱਧ ਦੱਸਿਆ ਬੱਚੀਆਂ ਦਾ। ਅੱਛਾ ਅੱਛਾ, ਹਾਂਜੀ ਸਮੀਆਂ ਬੜੀਆਂ ਨੇ ਹਨਾ? ਸਮੀਆਂ ਬੜੀਆਂ ਪੂਰੀਆਂ ਜੀ। ਝੋਲੀ ਦੇਖੋ ਬਈ, ਸਾਰੀ ਫੋਟਰੀ 4-4 ਖਾਣਾ ਜੀ। ਮਾੜੀ ਤੋਰ ਦੋ ਹਨਾ। ਲਓ ਜੀ ਸਨੱਖ ਪੁਣਾ ਬੱਚੀਆਂ ਦੇ ਵਿੱਚ ਚੰਗਾ ਚੰਗਾ ਜੋੜਾ ਹੀ ਚੰਗਾ ਹੈਗਾ ਬਈ। ਉਮਰ ਵੀ ਛੋਟੀ ਵੀ ਦੱਸਿਆ ਬਾਈ ਨੇ, 10-10 ਮਹੀਨਿਆਂ ਦੀ ਕਰਮ ਵਾਲੀਆਂ ਦੀ ਉਮਰ ਆ। ਤੇ ਫੇਸ ਫੂਸ ਦਿਖਾਵਾਂਗੇ ਨੇੜ ਤੋਂ। ਮਾਂ ਦਾ ਦੁੱਧ ਦਾ ਰਿਕਾਰਡ ਜਿਹੜਾ ਬਹੁਤ ਚੰਗਾ ਦੱਸਿਆ। ਫੇਸ ਦੇਖੋ, ਫੇਸ ਬੜੇ ਚੰਗੇ ਆ ਹਨਾ। ਹਾਂਜੀ, ਬੋਲੀਆਂ ਚੰਗੀਆਂ ਕਰਮ ਵਾਲੀ ਦੀ। ਕੀ ਮੁੱਲ ਆ ਫਿਰ ਜੋੜੇ ਦਾ ਹੀ ਦੱਸ ਦੋ। ਜੋੜੇ ਦਾ 35,000 ਹੈ ਜੀ। ਮਾਨਤਾਨ ਹੋ ਜੀ, ਮਾਨਤਾਨ ਕਰ ਦਿਆਂਗੇ। ਠੀਕ ਆ, ਜੋੜੇ ਦਾ ਮੁੱਲ 35,000 ਰੁਪਇਆ ਵੀਰੇ, ਮਾਨਤਾਨ ਜ਼ਰੂਰ ਹੋ ਜਾਏ। ਮੋੜ ਲਿਆ ਬਾਪੂ, ਫੇਸ ਚੰਗਾ, ਬੋਲੀ ਵਾਦੀ ਪੂਰੀ, ਸਨੱਖ ਬੁਣੇ ਵਾਲੀਆਂ ਨੇ ਬੱਚੀਆਂ, ਪੜ੍ਹਨ ਵਾਲੀਆਂ ਡਾਕਟਰ ਬਹੁਤ ਚੰਗੀਆਂ ਪੜ੍ਹਨ ਬੱਚੀਆਂ। ਸਹੀ ਗੱਲ, ਅੱਜ 10-10 ਮਹੀਨਿਆਂ ਨੂੰ ਟੀਕੇ ਵਾਲੀਆਂ ਹੋ ਜਾਣਗੀਆਂ। 35,000 ਰੁਪਇਆ ਜੋੜੇ ਦਾ ਮੁੱਲ ਆ, ਮਾਨਤਾਨ ਜ਼ਰੂਰ ਹੋ ਜਾਏ। ਕਿਸੇ ਵੀਰ ਨੂੰ ਚਾਰਾਂ ਚੋਂ ਕੋਈ ਵੀ ਨਗ ਪਸੰਦ ਆਵੇ, ਬਾਈ ਨਾਲ ਕਨੈਕਟ ਕਰ ਲਿਓ। ਧੰਨਵਾਦ।